ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀਆਂ ਦੇ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਪਰਿਕਰਮਾ ਦੇ ਮੁਲਾਜ਼ਮਾਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਦੇ ਵੱਲੋਂ ਮੁਲਾਜ਼ਮਾਂ ਨੂੰ ਬਾਹਰੋਂ ਆਉਣ ਵਾਲੀ ਸੰਗਤ ਦੇ ਨਾਲ ਕਿਵੇਂ ਪੇਸ਼ ਆਉਣਾ ਹੈ ਇਸ ਬਾਰੇ ਮੁਲਾਜ਼ਮਾਂ ਨੂੰ ਜਾਣੂ ਕਰਾਇਆ ਗਿਆ ਤੇ ਉਹਨਾਂ ਕਿਹਾ ਕਿ ਮੁਲਾਜ਼ਮ ਸੰਗਤ ਨੂੰ ਪਿਆਰ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਰਿਆਦਾ ਅਨੁਸਾਰ ਫੋਟੋਗ੍ਰਾਫੀ ਅਤੇ ਵੀਡੀਓਗ੍ਰਾਫੀ ਨਾ ਕਰਨ ਬਾਰੇ ਜਾਣਕਾਰੀ ਦੇਣ। ਉਹਨਾਂ ਨਾਲ ਵੀ ਕੋਈ ਵੀ ਮਾੜਾ ਵਤੀਰਾ ਨਾ ਕੀਤਾ ਜਾਵੇ। ਉਹਨਾਂ ਕਿਹਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਲਈ ਆਉਂਦੀਆਂ ਹਨ, ਉਹਨਾਂ ਨੂੰ ਗੁਰੂ ਘਰ ਦੀ ਮਰਿਆਦਾ ਦਾ ਨਹੀਂ ਪਤਾ ਲੱਗਦਾ, ਜਿਸ ਦੇ ਚਲਦੇ ਸੇਵਾਦਾਰ ਨੂੰ ਇਸ ਦੇ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਉਸ ਸੰਗਤਾਂ ਵਿੱਚ ਕਿਸੇ ਬਾਰੇ ਇਸ ਬਾਰੇ ਜਿਹੜਾ ਹੈ ਜਾਣਕਾਰੀ ਦੇਣ ਤੇ ਉਹਨਾਂ ਦੇ ਨਾਲ ਵੀ ਕਿਸੇ ਤਰੀਕੇ ਦਾ ਬੁਰਾ ਵਿਵਹਾਰ ਨਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁਲਾਜ਼ਮਾਂ ਨਾਲ ਅੱਜ ਅਸੀਂ ਹਫ਼ਤੇ ਕੁ ਪਿੱਛੋਂ ਲਗਭਗ ਮੀਟਿੰਗ ਕਰਦੇ ਰਹਿੰਦੇ ਹਾਂ, ਕਿਉਂਕਿ ਨਵੇਂ ਪੁਰਾਣੇ ਮੁਲਾਜ਼ਮ ਆਉਂਦੇ ਜਾਂਦੇ ਰਹਿੰਦੇ ਆ, ਉਹਨਾਂ ਨੂੰ ਸੱਚਖੰਡ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਬਾਰੇ ਦੱਸਦੇ ਰਹੀਦਾ, ਕਿਉਂਕਿ ਪੰਜਾਬ ਤੋਂ ਇਲਾਵਾ ਹੋਰ ਸਟੇਟਾਂ ਤੋਂ ਵੀ ਸੰਗਤਾਂ ਆਉਂਦੀਆਂ, ਉਹਨਾਂ ਨੂੰ ਸੱਚਖੰਡ ਹਰਿਮੰਦਰ ਸਾਹਿਬ ਦੀ ਮਰਯਾਦਾ ਬਾਰੇ ਪੂਰਾ ਪਤਾ ਨਹੀਂ ਹੁੰਦਾ। ਫਿਰ ਉਹ ਕਈ ਵਾਰ ਆਣ ਕੇ ਉਹ ਜਿਸ ਤਰ੍ਹਾਂ ਆਮ ਹੋਰ ਥਾਵਾਂ ਤੇ ਤੀਰਥਾਂ ਤੇ ਜਾ ਕੇ ਕਰਦੇ ਆ, ਉਸੇ ਤਰ੍ਹਾਂ ਇੱਥੇ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਨਹੀਂ ਕਿ ਉਹ ਜਾਣ ਕੇ ਕਰਦੇ ਆ, ਉਹਨਾਂ ਚ ਸੱਚਖੰਡ ਹਰਿਮੰਦਰ ਸਾਹਿਬ ਆਉਣ ਦੀ ਤਾਂਘ ਹੁੰਦੀ ਆ, ਕਿਉਂਕਿ ਤੁਸੀਂ ਆਪ ਹੀ ਸੋਚੋ ਕੋਈ ਕਿੱਡੀ ਦੂਰੋਂ ਕੇਰਲਾ ਤੋਂ, ਕੋਈ ਬੰਬੇ ਤੋਂ, ਕੋਈ ਕਲਕੱਤੇ ਤੋਂ ਦੋ ਦੋ ਚਾਰ ਚਾਰ ਦਿਨ ਦਾ ਸਫ਼ਰ ਕਰਕੇ ਆਉਂਦੇ ਆ। ਉਹਨਾਂ ਨੂੰ ਪਰ ਪੂਰੀ ਮਰਯਾਦਾ ਦਾ ਪਤਾ ਨਾ ਹੋਣ ਕਰਕੇ ਉਹ ਕਈ ਵਾਰ ਗਲਤ ਤਰੀਕੇ ਨਾਲ ਫੋਟੋਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆ। ਉਹਨਾਂ ਮੁਲਾਜ਼ਮਾਂ ਨੂੰ ਫਿਰ ਕਿਹਾ ਵਾ ਕਿ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਨੂੰ ਸਮਝਾਓ ਕਿ ਸੱਚਖੰਡ ਹਰਿਮੰਦਰ ਸਾਹਿਬ ਕਿਸੇ ਵੀ ਕਿਸਮ ਦੀ ਕੋਈ ਵੀਡੀਓ ਗ੍ਰਾਫੀ ਨਹੀਂ ਕਰਨੀ, ਸਿਰਫ ਤੇ ਸਿਰਫ ਸੱਚਖੰਡ ਹਰਿਮੰਦਰ ਸਾਹਿਬ ਅਰਦਾਸ ਕਰਨੀ ਆ, ਰੱਬੀ ਬਾਣੀ ਦਾ ਚੱਲ ਰਿਹਾ ਕੀਰਤਨ ਸੁਣਨਾ, ਸੇਵਾ ਕਰਨੀ ਆ, ਲੰਗਰ ਪ੍ਰਸ਼ਾਦਾ ਛਕਣਾ ਵਾ, ਉਹਨਾਂ ਨੂੰ ਸੁਚੇਤ ਕਰੋ। ਇਸ ਤਰ੍ਹਾਂ ਵਾ ਕਈ ਜਿਸ ਤਰ੍ਹਾਂ ਆਪਾਂ ਵੇਖਣ 'ਚ ਆਉਂਦਾ ਵਾ, ਆਮ ਹੀ ਕਈ ਸੰਗਤ ਜਿਹੜੀ ਬਾਹਰੋਂ ਸਟੇਟ ਤੋਂ ਆਉਂਦੀ, ਉਹਨਾਂ ਨੂੰ ਪਤਾ ਨਹੀਂ ਹੁੰਦਾ, ਉਹਨਾਂ ਦੇ ਕੱਪੜੇ ਵੀ ਬੜੇ ਸ਼ੋਰਟ ਹੁੰਦੇ ਆ, ਉਹਨਾਂ ਨੂੰ ਫਿਰ ਸੁਚੇਤ ਕਰੀਦਾ ਵੀ ਇੱਥੇ ਸ਼ੋਰਟ ਕੱਪੜੇ ਨਹੀਂ ਪਾਉਣੇ, ਆਪਣਾ ਪੂਰਾ ਜਿਹੜਾ ਸਰੀਰ ਆ ਤਨ ਢੱਕ ਕੇ ਜਿਹੜਾ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਕਰੋ। ਇਸ ਕਰਕੇ ਉਹਨਾਂ ਮੁਲਾਜ਼ਮਾਂ ਨੂੰ ਇਹੀ ਕਿਹਾ ਵੀ ਸੰਗਤ ਨਾਲ ਬੜੇ ਪਿਆਰ ਬੜੇ ਸਤਿਕਾਰ ਨਾਲ ਉਹਨਾਂ ਨੂੰ ਆਈਆਂ ਦਾ ਜਿਹੜਾ ਵਾ ਜੀ ਆਇਆਂ ਕਹੋ, ਤੇ ਜਿਹੜੇ ਸੱਚਖੰਡ ਹਰਿਮੰਦਰ ਸਾਹਿਬ ਬਾਰੇ ਉਹਨਾਂ ਨੂੰ ਸੁਚੇਤ ਕਰੋ। ਇਹੀ ਉਹਨਾਂ ਨਾਲ ਅੱਜ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ ਹੈ। ਤੇ ਉਹ ਤੇ ਗੱਲ ਕਲੀਅਰ ਹੁੰਦੀ ਹੈ ਵੀ ਜਦੋਂ ਸੰਗਤ ਨੂੰ ਸਮਝਾਈਦਾ ਕਈ ਤੇ ਸਮਝ ਜਾਂਦੇ ਨੇ, 1-2% ਹੁੰਦੇ ਆ ਉਹ ਆਪਣੀ ਗੱਲ ਜਿਤਾਉਣ ਦੀ ਕੋਸ਼ਿਸ਼ ਕਰਦੇ ਆ। ਅੱਜ ਮੁਲਾਜ਼ਮਾਂ ਨੂੰ ਇੱਥੇ ਫਿਰ ਜ਼ੋਰ ਦਾ ਕੇ ਕਿਹਾ ਕਿ ਤੁਸੀਂ ਆਪਣੇ ਏਜੰਡੇ ਤੋਂ ਪਿੱਛੇ ਨਹੀਂ ਹਟਣਾ। ਜੇ ਕੋਈ ਮੰਨ ਲਓ ਕਿਸੇ ਨੇ ਸ਼ੋਰਟ ਕੱਪੜੇ ਪਾਏ ਆ, ਉਹ ਕਹਿੰਦਾ ਇੱਥੇ ਕੀ ਇਤਰਾਜ਼ ਆ, ਇਹ ਨਹੀਂ ਆਪਾਂ ਉਹਦੀ ਗੱਲ ਨਹੀਂ ਮੰਨਣੀ। ਇਸੇ ਤਰ੍ਹਾਂ ਸੱਚਖੰਡ ਹਰਿਮੰਦਰ ਸਾਹਿਬ ਜਦੋਂ ਆਉਂਦੇ ਆ, ਮੰਨ ਲਓ ਜਾ ਕੋਈ ਵੀਡੀਓ ਬਣਾਉਂਦਾ, ਉਹ ਕਹਿੰਦਾ ਕੀ ਮਹਾਰਾਜ ਵੀਡੀਓ ਬਣਾਈ ਆ, ਕੀ ਇਤਰਾਜ਼ ਹੈ, ਫਿਰ ਉਹਨੂੰ ਦੱਸਣਾ ਵੀ ਨਹੀਂ ਨਹੀਂ ਬਣਾਉਣੀ। ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਏਜੰਡੇ ਤੋਂ ਨਹੀਂ ਪਿੱਛੇ ਹਟਣਾ, ਤੁਸੀਂ ਸੱਚਖੰਡ ਹਰਿਮੰਦਰ ਸਾਹਿਬ ਦੀ ਮਰਯਾਦਾ ਨੂੰ ਕਾਇਮ ਰੱਖਣ ਵਾਸਤੇ ਪੂਰੀ ਤਨਦੇਹੀ ਨਾਲ ਡਿਊਟੀ ਕਰਨੀ।